ਆਜੋ ਆਜੋ ਨਾਲ ਹੋ ਜਾ ਸਾਰੇ ਪ੍ਰਧਾਨ ਜੀ ਵਿੱਚ ਬੋਲਦੇ ਵਿੱਚ ਸਮਾਜ ਸੇਵਾ ਦਲ ਦੇ ਹਾਂਜੀ ਲਾ ਦਿਓ ਸਾਰੇ ਇਕੱਠੇ ਹੋ ਆ ਗਈ ਆ ਗਈ ਵੋਟ ਦੀ ਕੀ ਆ ਜਿਹੜੀ ਸਮਾਜ ਸੇਵਾ ਦਲ ਨੇ ਆ ਲਿਖਿਆ ਵੀ ਪੜ੍ਹਾਈ ਫਰੀ ਕਰੋ ਤੇ ਐਜੂਕੇਸ਼ਨ ਫਰੀ ਕਰੋ ਕੀ ਤੁਸੀਂ ਇਹਨਾਂ ਮੁੱਦਿਆਂ ਨਾਲ ਸਹਿਮਤ ਹੋ ਸਾਰੇ ਸਹਿਮਤ ਹੋ ਤੂੰ ਬੱਚਾ ਮੈਂ ਤੂੰ ਬੇਟੇ ਤੇਰੀ ਪੜ੍ਹਾਈ ਦੇ ਵਿੱਚ ਪ੍ਰੋਬਲਮ ਆ ਰਹੀ ਆ ਮਤਲਬ ਕਹਿੰਦਾ ਵੀ ਖਰਚੇ ਸਕੂਲ ਦੇ ਜ਼ਿਆਦਾ ਕਿ ਘੱਟ ਆ ਜ਼ਿਆਦਾ ਆ ਨਾ ਤੇ ਜੇ ਪੜ੍ਹਾਈ ਫਰੀ ਹੋ ਜੇ ਵਧੀਆ ਕੰਮ ਹੋਣੀ ਚਾਹੀਦੀ ਆ ਠੀਕ ਆ ਤੇਰਾ ਭਵਿੱਖ ਸੁਧਰੇਗਾ ਜੇ ਪੜ੍ਹਾਈ ਫਰੀ ਹੋਏਗੀ ਤੇ ਜੇ ਮੰਨ ਲਓ ਕਿ ਸਾਡੇ ਘਰ ਦੇ ਵਿੱਚ ਮੰਨ ਲਓ ਕਿ ਤੁਹਾਡੇ ਘਰ 'ਚ ਮੰਨ ਲਓ ਕੋਈ ਜੀ ਬਿਮਾਰ ਪੈਂਦਾ ਤੇ ਜੇ ਉਹਦਾ ਇਲਾਜ ਫਰੀ ਹੋ ਜਾਂਦਾ ਸਰਕਾਰ ਇਲਾਜ ਫਰੀ ਕਰਦੀ ਆ ਤੇ ਮੈਂ ਇਹ ਸਮਝਦੇ ਹਾਂ ਸਾਰੇ ਜਾਣੇ ਵੀ ਸਾਡੇ ਦੇਸ਼ ਦੇ ਵਿੱਚੋਂ ਗਰੀਬੀ ਮੁੱਕੇਗੀ ਤੇ ਸਾਡੀ ਤਰੱਕੀ ਹੋਏਗੀ ਹੈ ਨਾ ਅਤੇ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਰਹੇਗੀ ਜਦੋਂ ਸਾਡੇ ਬੱਚੇ ਦੀ ਪੜ੍ਹਾਈ ਫਰੀ ਹੋ ਗਈ ਸਾਡੇ ਘਰ ਦਾ ਕੋਈ ਜੀ ਬਿਮਾਰ ਪੈਂਦਾ ਵਾ ਉਹਦਾ ਇਲਾਜ ਫਰੀ ਹੋ ਗਿਆ ਅਤੇ ਹਿੰਦੁਸਤਾਨ ਆਪੇ ਤਰੱਕੀ ਕਰ ਗਿਆ ਅੱਜ ਸਾਡੇ ਦੇਸ਼ 'ਚੋਂ ਲੋਕ ਬਾਹਰ ਜਾਂਦੇ ਪਏ ਨੇ ਕੱਲ੍ਹ ਨੂੰ ਤੁਹਾਡੇ ਬਾਹਰੋਂ ਸਾਡੇ ਦੇਸ਼ 'ਚ ਆਉਣਗੇ ਲੋਕ ਕੰਮ ਕਰਨ ਤੁਸੀਂ ਇਹਨਾਂ ਮੁੱਦਿਆਂ ਨਾਲ ਬਿਲਕੁਲ ਸਹਿਮਤ ਹੋ ਸਮਾਜ ਸੇਵਾ ਜਿੰਦਾਬਾਦ ਸਮਾਜ ਸੇਵਾ ਦਲ ਜਿੰਦਾਬਾਦ ਦੋ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਹਰ ਹਿੰਦੁਸਤਾਨ ਦੇ ਨਾਗਰਿਕ ਦਾ ਬਿਮਾਰੀ ਦਾ ਇਲਾਜ ਫਰੀ ਕਰੋ ਫਰੀ ਕਰੋ ਫਰੀ ਕਰੋ ਹਰ ਹਿੰਦੁਸਤਾਨ ਦੇ ਬੱਚੇ ਦੀ ਐਜੂਕੇਸ਼ਨ ਫਰੀ ਕਰੋ ਫਰੀ ਕਰੋ ਹਰ ਹਿੰਦੁਸਤਾਨ ਦੇ ਬੱਚੇ ਦੀ ਪੜ੍ਹਾਈ ਫਰੀ ਕਰੋ ਫਰੀ ਕਰੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਮਾਜ ਸੇਵਾ ਦਲ ਦੀ ਇਸ ਲਹਿਰ ਦੇ ਨਾਲ ਜੁੜ ਕੇ ਸਮਾਜ ਸੇਵਾ ਦਲ ਨੂੰ ਬਹੁਤ ਵੱਡੀ ਤਾਕਤ ਦਿੱਤੀ ਆ ਅਤੇ ਸਮਾਜ ਸੇਵਾ ਦਲ ਵੀ ਤੁਹਾਨੂੰ ਵਿਸ਼ਵਾਸ ਦਵਾਉਂਦਾ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਸਮਾਜ ਸੇਵਾ ਦੇ ਨਹੀਂ ਛੱਡੇਗਾ ਮੁੱਦਾ 20 ਸਾਲ ਦਾ ਟਾਰਗੇਟ ਰੱਖਿਆ ਵਾ ਸਰਕਾਰਾਂ ਨੂੰ ਇਹ ਕੰਮ ਕਰਨਾ ਹੀ ਪੈਣਾ ਹੈ ਕਰਨਾ ਹੀ ਪੈਣਾ ਹੈ ਕਰਨਾ ਹੀ ਪੈਣਾ ਹੈ ਕਰਨਾ ਹੀ ਪੈਣਾ ਹੈ ਕਰਨਾ ਹੀ ਪੈਣਾ ਸਰਕਾਰਾਂ ਨੂੰ ਅੱਜ ਫਰੀ ਕਰਨਾ ਪੈਣਾ ਪੜ੍ਹਾਈ ਫਰੀ ਕਰਨੀ ਪੈਣੀ ਜੈ ਹਿੰਦ ਜੈ ਭਾਰਤ।